पंजाब के तरन तारण जिले में आम आदमी पार्टी के एक आगू की सरेआम गोली मार के हत्या कर दी गई। कातला ने कार का पीछा किया। रेलवे फाटक बंद होने कारण जदों गड्डी श्री गोविंदवाल साहिब नेड़े रुकी तो कातला ने अन्यवार गोलियां चला के कतल नूं अंजाम दिता। जान गवाउण वाले आप आगू की पहचान गुरप्रीत सिंह वजो हुई है। जानकारी अनुसार गुरप्रीत सिंह उर्फ गोपी चोला साहिब का रहन वाला सी। शुक्रवार सवेरे वह अपनी कार च सुल्तानपुर लोधी अदालत च तरीक ते जा रहा सी। जदों गुरप्रीत सिंह दी कार फतेहबाद रेलवे फाटक नेड़े पहुंची तां फाटक बंद सी। इस दौरान स्विफ्ट कार विच सवार हमलावर पहलां ही उसका पीछा कर रहे सन। उन्हां ने गुरप्रीत सिंह ते अन्यवार गोलियां चलाईयां। इस हमले च गुरप्रीत सिंह दी मौके ते ही मौत हो गई। वारदात नूं अंजाम देण तों बाद हमलावर मौके तों फरार हो गए। मृतक गुरप्रीत सिंह विधानसभा हलका खडूर साहिब तो विधायक मनजिंदर सिंह लालपुरा का करीबी सी। इस घटना तो बाद पुलिस ने मौके पहुँच के जांच शुरू कर दी। तरन तारण के एस पी अश्वनी कपूर ने दसिया कि मृतक नू पंज गोलियां लगिया सन। ਇਹ ਭਰਾ ਹੀ ਸਾਡਾ ਜੀ ਚੋਲਾ ਸਾਹਿਬ ਤੋਂ ਗੁਰਪ੍ਰੀਤ ਸਿੰਘ ਕਿੱਥੇ ਚੱਲੇ ਸੀ ਇਹ ਕੀ ਗੱਲਬਾਤ ਹੋਈ ਹੈ ਇਹ ਸੁਲਤਾਨਪੁਰ ਸਾਹਿਬ ਤਰੀਕ ਹੀ ਇਹਦੀ ਅਤੇ ਤਰੀਕ 'ਤੇ ਜਾਣ ਲੱਗਾ ਇਹ ਅੱਛਾ ਜੀ ਹਾਂਜੀ ਤੁਹਾਨੂੰ ਵੀ ਕਿਸ ਤਰ੍ਹਾਂ ਪਤਾ ਲੱਗਾ ਜੀ ਸਾਨੂੰ ਤਾਂ ਪਿੱਛੇ ਇੱਥੋਂ ਜਦੋਂ ਫੋਨ ਗਿਆ ਮੈਨੂੰ ਤਾਂ ਚੋਲਾ ਸਾਹਿਬ ਵੀਰਾਂ ਦਾ ਫੋਨ ਆਇਆ ਸੀ ਵੀ ਆਹ ਗੱਲ ਹੋਈ ਤਾਂ ਉੱਥੇ ਆ ਬਾਬਾ ਜੀ ਤੁਹਾਨੂੰ ਕੀ ਲੱਗਦਾ ਵੀ ਕੀ ਕਿਵੇਂ ਕਤਲ ਕਿਉਂ ਕੀਤਾ ਗਿਆ ਜੀ ਗਏ ਆ ਮੁਲਾਜ਼ਮ ਕਰਨ ਦਾ ਆ ਕੁਝ ਜੀ ਐਡੀ ਛੇਤੀ ਨਹੀਂ ਕੋਈ ਕਹਿ ਸਕਦੇ ਦੱਸਣ ਚੱਲ ਗਏ ਉੱਥੇ ਪਿਓ ਤਰੀਕੋ ਵੀ ਦੱਸਣਗੇ ਉੱਥੇ ਤਾਂ ਫਿਰ ਹੀ ਉਹਨਾਂ ਕਹਿਣਾ ਜਾਣ ਕੇ ਤਰੀਕੇ ਨਹੀਂ ਆਏ ਉਹਨੂੰ ਮੈਂ ਫੋਨ ਲਾਇਆ ਤਾਂ ਉਹਨੇ ਮੈਨੂੰ ਇੱਦਾਂ ਦੱਸਿਆ ਵੀ ਗੋਪੀ ਨੂੰ ਗੋਲੀਆਂ ਮਾਰ ਗਏ ਆ ਤਰੀਕ ਉਦੋਂ ਦਾ ਬ੍ਰਹਮਪੁਰੀਏ ਨੇ ਇਹਨਾਂ 'ਤੇ ਕੇਸ ਪਾਇਆ 7 ਸਾਲ ਹੋ ਗਏ ਤਰੀਕੇ ਜਾਂਦਿਆਂ ਨੂੰ ਕਿਸੇ ਨੂੰ ਭੇਤ ਹੋਊਗਾ ਰੰਜੇ ਸਿੰਘ ਚਲੋ ਮਾੜਾ ਮੋੜਾ ਲੜਾਈ ਝਗੜਾ ਹੁੰਦਾ ਜੀ ਇੱਕ ਦੂਜੇ ਨਾਲ ਕੋਈ ਦੁੱਖ ਵਿਹਾਰ ਹੁੰਦਾ ਕੋਈ ਲੜਾਈ ਝਗੜਾ ਕਾਗਜ਼ਾਂ ਸਕੂਲਾਂ ਦੇ ਜਿਹੜੇ ਹੁੰਦੇ ਉਹ ਲੜਾਈ ਝਗੜੇ ਕੋਈ ਨਿੱਜੀ ਕੋਈ ਹੈ ਨਹੀਂ ਵੀ ਕੋਈ ਮਰਨ ਮਰਾਉਣ ਵਾਲਾ ਕੋਈ ਇਹੋ ਜਿਹਾ ਕੋਈ ਚੱਕਰ ਹੀ ਨਹੀਂ ਹੈਗਾ ਅਤੇ ਲੜਾਈ ਝਗੜੇ ਮਾੜੇ ਮੋੜ ਹੁੰਦੇ ਆ ਬੰਦਿਆਂ ਦੇ ਆਮ ਪਿੰਡਾਂ 'ਚ ਹੋ ਜਾਂਦੇ ਆ ਥੋੜ੍ਹਾ ਵੀ ਕੁੜੀਆ ਬੰਦਾ ਜਾਨੋ ਹੀ ਮਾਰ ਦੇਣਾ ਤੁਹਾਨੂੰ ਕੀ ਲੱਗਦਾ ਵੀ ਕਿੱਦਾਂ ਕਿਉਂ ਇਹ ਹੁਣ ਪਤਾ ਹੀ ਨਹੀਂ ਹੁਣ ਕਾਨੂੰਨੀ ਆ ਕਾਰਵਾਈ ਪੁਲਿਸ ਵੇਖੂਗੀ ਹੁਣ ਕੀ ਗਾੜੀ ਕੈਮਰਾ ਕੁਮਰਾ ਨਾ ਜੋ ਵੀ ਕਿੱਦਾਂ ਤੁਹਾਨੂੰ ਪਤਾ ਕਰਨਗੇ ਕੋਈ ਧਮਕੀ ਧਮਕੀ ਨਹੀਂ ਹੁੰਦੀ 9:15 ਦੇ ਕਰੀਬ ਦਾ ਵਾਕਿਆ ਹੈਗਾ ਇਹ ਤਰਨ ਤਰਨ ਤੋਂ ਆ ਰਹੇ ਸੀ ਜੇ ਸ਼ਾਇਦ ਉੱਥੋਂ ਪਿੱਛੋਂ ਹੀ ਤਿੰਨ ਸ਼ੁਰਪਤਾਰ 'ਚ ਨੌਜਵਾਨ ਮੁੰਡੇ ਲੱਗੇ ਸੀ ਜਦੋਂ ਫਾਟਕ ਬੰਦ ਹੋ ਜਾਂਦਾ ਉਹ ਉਤਰ ਕੇ ਫਾਇਰਿੰਗ ਕਰਕੇ ਤਾਂ ਇਹਨਾਂ ਨੇ ਸ਼ਾਰਟ ਡੈਡ ਕਰਕੇ ਉਦੋਂ ਪਿੱਛੋਂ ਹੀ ਭੱਜ ਜਾਂਦੇ ਆ ਕਈ ਇਹਦੇ 'ਚ ਥਿਊਰੀਆਂ ਸਾਹਮਣੇ ਆਈਆਂ ਅਸੀਂ ਵਰਕਆਊਟ ਕਰ ਰਹੇ ਹਾਂ ਜਲਦੀ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਬੰਦਿਆਂ ਨੂੰ ਪਹਿਲਾਂ ਕੋਈ ਧਮਕੀ ਧਮਕੀ ਦਾ ਕੋਈ ਕੇਸ ਤਾਂ ਨਹੀਂ ਨਹੀਂ ਇਹਨਾਂ ਦੇ ਆਪ 'ਤੇ ਵੀ ਪਰਚੇ ਪੁਰਚੇ ਦਰਜ ਸੀਗੇ ਤਾਂ ਸ਼ਾਇਦ ਮੇ ਬੀ ਕੋਈ ਇਹਨਾਂ ਦੀ ਆਪਸ 'ਚ ਕੋਈ ਰੈਗੂਲਰੀ ਹੈ ਜਾਂ ਕੀ ਹੈ ਉਸ ਕਈ ਹੈਗੀਆਂ ਅਜੇ ਵਰਕਆਊਟ ਵੀਡੀਓ ਡੈਸਕ ਅਮਰ ਉਜਾਲਾ ਡੋਟ ਕੋਮ अगर आप ये वीडियो YouTube पर देख रहे हैं तो हमारे चैनल को सब्सक्राइब करें और बेल आइकन को दबाना ना भूलें। अगर आप Facebook पर ये वीडियो देख रहे हैं तो हमारे पेज को लाइक करें।